ਸਰ ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵਿੰਦਰ ਸਿੰਘ ਸੁੱਖਾ, ਪਿੰਡ ਸੈਦੋ ਪੁਰਾਣਾ, ਜ਼ਿਲ੍ਹਾ ਕਪੂਰਥਲਾ ਤੋਂ। ਅੱਜ ਸਾਡੇ ਪਿੰਡ ਵਿੱਚ ਸਾਰੇ ਹੀ ਧਰਮ ਦੇ ਜੋ ਬੁੱਧੀਜੀਵੀ ਲੋਕ ਆ ਉਸ ਮੀਟਿੰਗ ਵਿੱਚ ਇਕੱਠੇ ਹੋਏ, ਜਿਸ ਵਿੱਚ ਸਾਰਿਆਂ ਨੇ ਰਲ ਕੇ ਇੱਕ ਵਿਸ਼ੇਸ਼ ਮੀਟਿੰਗ ਰੱਖੀ ਅਤੇ ਉਸ ਵਿੱਚ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਔਰ ਇਹ ਬੁੱਧੀਜੀਵੀਆਂ ਨੇ ਇਹ ਮੰਨਿਆ ਕਿ ਸਾਨੂੰ ਧਾਰਮਿਕ ਮੁੱਦਿਆਂ ਰਾਹੀਂ ਕਿਸੇ ਵੀ ਧਰਮ ਨੂੰ ਰਾਜਨੀਤਿਕ ਪਾਰਟੀਆਂ ਜੋ ਮਗਰ ਲਾ ਕੇ ਇਸ ਦਾ ਫਾਇਦਾ ਉਠਾਉਂਦੀਆਂ ਨੇ, ਸਾਨੂੰ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਧਰਮ ਨੂੰ ਇਹਨਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ। ਸਾਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਵਚਨਾਂ 'ਤੇ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਧਾਰਮਿਕ ਜੋ ਮੁੱਦੇ ਹਨ ਉਹਨਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਸਾਰਿਆਂ ਨੂੰ, ਜਿਵੇਂ ਕਿ ਸਿੱਖ, ਹਿੰਦੂ, ਈਸਾਈ, ਸਾਰਿਆਂ ਨੂੰ ਹੀ, ਸਾਰਿਆਂ ਗੁਰੂਆਂ ਨੂੰ ਮਾਨਤਾ ਦੇਣੀ ਚਾਹੀਦੀ ਆ ਅਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਰਸਤੇ 'ਤੇ ਚੱਲਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਮੈਂ ਵਰਿੰਦਰ ਕੁਮਾਰ ਗੁਲਿਆਨੀ ਆਪਣੇ ਸਾਥੀਆਂ ਸਮੇਤ ਸਾਰੇ ਸਰੋਤਾਂ ਨੂੰ ਨਮਸਕਾਰ ਕਰਦਾ। ਅੱਜ ਦੇ ਮੁੱਦੇ ਦੇ ਉੱਤੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਅਤੇ ਆਪਣੇ ਦਿਲ ਦਾ, ਜਿਹੜੇ ਮੇਰੇ ਦਿਲ ਦੇ ਵਿੱਚ ਤਮੰਨਾ ਆ, ਉਹ ਵੀ ਦੱਸਣੀ ਚਾਹੁੰਦਾ। ਮੈਂ ਬਾਬਾ ਨਾਨਕ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹਨੇ ਕਿ ਮੇਰੀ ਇਸ 68 ਸਾਲ ਦੀ ਉਮਰ ਤੱਕ ਦੁਨੀਆਂ 'ਚ ਮੈਨੂੰ ਜਿੱਥੇ ਵੀ ਅਰਦਾਸ ਕਰਨ ਦਾ ਮੌਕਾ ਮਿਲਿਆ ਮੈਂ ਨਨਕਾਣਾ ਸਾਹਿਬ ਦੇ ਦਰਸ਼ਨ ਮੰਗੇ। ਔਰ ਬਾਬਾ ਨਾਨਕ ਨੇ ਮੇਰੀ ਨਹੀਂ, ਲੱਖਾਂ ਕਰੋੜਾਂ ਸ਼ਰਧਾਲੂਆਂ ਦੀ ਸੁਣਦੇ ਹੋਏ ਇਹ ਕਰਤਾਰਪੁਰ ਲਾਂਘਾ ਖੋਲਿਆ। ਉਹਦੇ ਵਿੱਚ ਮੈਂ ਧੰਨਵਾਦੀ ਹਾਂ ਸਾਰੀਆਂ ਸਰਕਾਰਾਂ ਦਾ ਜਿਨ੍ਹਾਂ ਨੇ ਇਹ ਕਰਤਾਰਪੁਰ ਲਾਂਘਾ ਖੋਲਣ ਦੇ ਵਿੱਚ ਆਪਣੇ ਪੂਰਾ ਦਿਲੋਂ ਜ਼ੋਰ ਸ਼ੋਰ ਨਾਲ ਬਹੁਤ ਥੋੜੇ ਟਾਈਮ ਦੇ ਵਿੱਚ ਕੀਤਾ। ਇਸ ਦੇ ਨਾਲ ਨਾਲ ਮੈਂ ਇੱਕ ਗੱਲ ਜ਼ਰੂਰੀ ਕਹਿਣੀ ਚਾਹੂੰਗਾ ਕਿ ਜਦੋਂ ਤੱਕ ਕਰਤਾਰਪੁਰ ਲਾਂਘੇ ਦੀ ਗੱਲ, ਜਦੋਂ ਤੱਕ ਇਹ ਦੁਨੀਆਂ ਰਹੂਗੀ ਕਰਤਾਰਪੁਰ ਲਾਂਘੇ ਦੀ ਗੱਲ ਦੀ ਵੀ ਗੱਲ ਚੱਲਦੀ ਵੀ ਰਹਿਣੀ ਹੈ, ਉਦੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਨਾਮ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਣਾ। ਇਸ ਗੱਲ ਦਾ ਨਵਜੋਤ ਸਿੰਘ ਸਿੱਧੂ ਵਧਾਈ ਦਾ ਪਾਤਰ। ਧੰਨਵਾਦ। ਨਮਸਕਾਰ ਜੀ, ਮੈਂ ਰਾਕੇਸ਼ ਕੁਮਾਰ ਸੂਦ, ਆਪਣੇ ਕਪੂਰਥਲਾ ਵਾਸੀ, ਆਪਣੇ ਅੱਜ ਸੈਦੋ ਭਲਾਣਾ ਵਿੱਚ ਸਾਡੀ ਆਪਸ 'ਚ ਭਾਈਚਾਰੇ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਇਹ ਮੁੱਦਾ ਪਾਸ ਹੋਇਆ ਕਿ ਸਾਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਜਾਂ ਹੋਰ ਕਿਸੇ ਵੀ ਗੱਲ ਦਾ ਨਹੀਂ ਆਪਸ 'ਚ ਜੁੜਨਾ ਚਾਹੀਦਾ। ਸਾਨੂੰ ਜਿਹੜਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਪਣੇ ਹੁਣੇ ਅਸੀਂ 550 ਸਾਲ ਮਨਾਇਆ, ਉਹਦੇ ਵਿਚਾਰਾਂ 'ਤੇ, ਉਹਨਾਂ ਦੇ ਜਿਹੜੇ ਰਸਤੇ ਪੂਰਨੇ ਪਾਏ, ਸਾਨੂੰ ਉੱਥੇ ਚੱਲਣਾ ਚਾਹੀਦਾ। ਅਤੇ ਕਿਸੇ ਵੀ ਪਾਰਟੀ ਨਾਲ ਸਾਡਾ ਕੋਈ ਲਿੰਕ ਨਹੀਂ ਹੈ। ਇੱਕ ਜਿਹੜੀ ਸਾਡੀ ਆਪਸ 'ਚ ਜਥੇਬੰਦੀਆਂ ਦੀ ਮੀਟਿੰਗ ਹੋਈ ਅਤੇ ਬਹੁਤ ਹੀ ਚੰਗੇ ਮਾਹੌਲ 'ਚ ਹੋਈ, ਅਤੇ ਅਸੀਂ ਇਹਦੇ ਬਾਰੇ ਅਪੀਲ ਕਰਦੇ ਹਾਂ ਹਿੰਦੂ, ਮੁਸਲਿਮ, ਸਿੱਖ, ਈਸਾਈ ਜਿਹੜੇ ਕਿ ਬਹੁਤ ਆਪਸ 'ਚ, ਜਿਹੜਾ ਸਾਡਾ ਨਾਰਾ ਬਹੁਤ ਪੁਰਾਣਾ ਚੱਲਦਾ ਆ ਰਿਹਾ, ਅਸੀਂ ਇੱਕ ਦੂਜੇ ਦੇ ਭਾਈ ਭਾਈ, ਹਿੰਦੁਸਤਾਨ ਵਿੱਚ ਇਹ ਨਾਰਾ ਬੁਲੰਦ ਹੈ ਅਤੇ ਬੁਲੰਦ ਰਹੇਗਾ। ਅਤੇ ਬਹੁਤ ਬਹੁਤ ਧੰਨਵਾਦ।